like this video, please subscribe the channel, like and share this video. ਮੇਰੇ ਨਗਰ ਵਾਸੀਓ ਇਹ ਸਾਡੇ ਬੇਟੀ ਦਾ ਬੇਟੀ ਆਪਣੀ ਬੱਚੀ ਕਿਵੇਂ ਖਤਮ ਕਰੂਗੀ ਅਸੀਂ ਬਿਮਾਰ ਹੋ ਗਈ ਜੇ ਖਤਮ ਕਰੂਗੀ ਦੇਖੀਏ ਜੇ ਤਾਂ ਭੁੱਖ ਖਾਓ ਮਾਫ਼ ਕਰ ਦਿਓ ਸਾਡਾ ਕੰਮ ਪੂਰੀਆਂ ਕਰਦਾ ਨਾਲੇ ਅਸੀਂ
ਚੰਡੀਆ ਕਹਿੰਦੇ ਨੇ ਤੇ ਬੜੇ ਨਤੀਆਂ ਕਵਿਤਾਂ ਓਏ ਤਾਂ ਸਰਦਾਰ ਕਿਤੋਂ ਦੀ ਭਾਵਾਂ ਦੇ ਸਾਲ ਕਹਿੰਦਾ ਮੈਂ ਕਿ ਬੁਆ ਅਭੀ ਮੈਂ ਵਾਲੇ ਅਭੀ ਤੂੰ ਦਾ ਉਹਦੇ ਅਨੀ ਸਾਹ ਨੇ ਆ ਉਹ ਸਰਦਾਰ ਕਿਤੋਂ ਦੇ ਨੇ ਤੈਨੂੰ ਕਿਹਾ ਨਹੀਂ ਆਲੇ ਸੁਭਾ ਨਵੀਂ ਕਮੀਜ਼ ਲੈ ਜਾ ਪਹਿਲਾਂ ਤੂੰ ਦਾ ਆ ਫਿਰ ਮੈਂ ਦਾ ਆਉਂਦਾ ਅਗਲੇ ਭੱਟੇ ਬੰਦੇ ਆ ਉਹ ਤੱਕ ਦਾ ਕਹਿੰਦੇ ਬਾਈ ਸਰਦਾਰ
ਜਦੋਂ ਮਾਤਾ ਜਦੋਂ ਪਿੰਡ ਗੁਜ਼ਰ ਕੇ ਆਇਆ ਸੀ ਅਸੀਂ ਵੀ ਨਾਲ ਆਏ ਸੀਗੇ ਪ੍ਰੀਤਮ ਸਿੰਘ ਜਿਹੜਾ ਸਾਡਾ ਬਾਪੂ ਹੈ ਲੱਭੂ ਉਹ ਕਹਿੰਦਾ ਸੀ ਪ੍ਰੀਤਮ ਸਿੰਘ ਨੇ ਕਿਉਂ ਦੱਸ ਸਕਦੇ ਕਿ ਦਾਗ ਆਪਣੇ ਮਾਲੀ
ਆ ਗਿਆ ਨਾਲ ਆ ਗਿਆ ਵਧੀਆ ਦੋਸਤ ਨਾ ਸਾਰਾ ਨਵੀਂ ਚੋਚੋ
ਉਹ ਪ੍ਰੇਮ ਸਿੰਘ ਮਾਲਾ ਮੇਰੀ ਜਾਂਦੀ ਆ ਜੁੱਤੀ ਜਾਪਦੀ ਕੌਣ ਕਰਨੀ ਤੇ ਸਤੀਆਂ ਨੂੰ ਚੁੱਪੇ ਜਿਉਂਦਾ ਰਹਿ ਗਏ ਪਿੰਡੂਆ ਆ ਪਹਿਲੀ ਵਾਰ ਤੂੰ ਕਿਸੇ ਵੱਡੇ ਭਵਾਨੀਆਂ ਦੀ ਇਹ ਭਗਵਾਨ ਨੂੰ ਟੋਸ ਪਹੁੰਚਾਈ ਹੈ ਬੜਾ ਤੇਰਾ ਹੋ ਗਿਆ ਕਹਿੰਦਾ ਹੀ ਟਾਈਮ ਆਵਾਂਗਾ ਜੋ ਵੀ ਸ਼ਿਬੂ ਤੇਰਾ ਪ੍ਰੀਤਮ ਸਿੰਘ ਨਹੀਂ ਆਏਗਾ ਚਾਚਾ ਨਹੀਂ ਤਾਂ ਮੈਂ ਉਹਨੂੰ ਸਮਝਾ ਰਿਹਾ ਕਿਉਂਕਿ ਤੂੰ ਕਾਲ ਵਿੱਚ ਲਿਖਿਆ ਹੈ ਕਿ ਸਾਰੇ ਯਾਰਾਂ ਦੋਸਤਾਂ ਨੂੰ ਸੱਦਾ ਪਰ ਉਹ ਤੇਰਾ ਯਾਰ ਦੋਸਤ ਨਹੀਂ ਤੇਰਾ ਜਜਮਾਨ ਹੈ ਚਾਚਾ ਹੀ ਸਮਝਾ ਲੈ ਤਾਂ ਮੈਂ ਕਾਲ ਲਿਖਿਆ ਸੀ ਤੂੰ ਆ ਗਿਆ ਨਾ ਪਾਪੇ ਦਾ ਦੋਸਤ ਦੇਖ ਕੇ ਮਿਲੋ ਆਪਾਂ ਇਹਦਾ ਜਾਂਦਾ ਪਾਤਾ ਦੇ ਰਵੰਡਾ ਤੋਂ ਕਦੋਂ ਆਪਣੇ ਆਪ ਨੂੰ ਮੁਕਤ ਕਰਕੇ ਸੁਖੀ ਜੀਵਨ ਬਤੀਤ ਕਰ ਰਹੇ ਹਾਂ ਪਰ ਗੱਲ ਕਹਾਂ ਮੈਨੂੰ ਹਰ ਬੰਦੇ ਦੇ ਜਿੰਨੀ ਵੀ ਦੁਨੀਆਂ ਦੇ ਕਲੇਸ਼ ਹੈਗੇ ਆ ਹਰ ਬੰਦੇ ਦੇ ਨਾਂ ਦੇ ਪਿੱਛੇ ਇਹ ਜਾਤ ਤੇ ਧਰਮ ਦੀ ਲੱਗੀ ਹੋਈ ਪੂਛ ਆਉਂਦੀ ਪਈ ਹੈ ਹੋਰ ਕੁਝ ਨਹੀਂ ਸਾਡਾ ਸਫਲ ਹੈ ਸ਼ੁਕਰੀਆ ਧੰਨਵਾਦ